ਖਬਰ ਫਰੀਦਕੋਟ ਤੋਂ, ਜਿੱਥੇ ਤਲਵੰਡੀ ਰੋਡ ਤੋਂ ਲੰਘਦੀ ਸਰਹੰਦ ਨਹਿਰ ਦੇ ਵਿੱਚੋਂ ਬੀਤੀ ਦੇਰ ਸ਼ਾਮ ਦੋ ਅਣਪਛਾਤੀਆਂ ਲਾਸ਼ਾਂ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਲਾਸ਼ਾਂ ਮਿਲਣ ਦਾ ਪਤਾ ਚੱਲਦੇ ਹੀ ਸਾਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ, ਜਿਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ। ਜਾਣਕਾਰੀ ਅਨੁਸਾਰ ਪਾਣੀ 'ਚ ਰੁੜ ਕੇ ਆਈਆਂ ਦੋਵੇਂ ਲਾਸ਼ਾਂ ਤਲਵੰਡੀ ਰੋਡ ਦੇ ਬਣੇ ਪੁਲ ਦੇ ਨੀਚੇ ਫਸ ਗਈਆਂ, ਜਿਸ ਤੋਂ ਬਾਅਦ ਇਹਨਾਂ ਨੂੰ ਕੱਢਣ ਦੇ ਲਈ ਸਮਾਜ ਸੇਵੀ ਸੰਸਥਾਵਾਂ ਦਾ ਸਹਾਰਾ ਲਿਆ ਗਿਆ, ਜਿਨ੍ਹਾਂ ਨੇ ਦੋਹਾਂ ਲਾਸ਼ਾਂ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢਿਆ। ਫਿਲਹਾਲ ਪੁਲਿਸ ਦੇ ਵੱਲੋਂ ਦੋਹਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪਛਾਣ ਅਤੇ ਪੋਸਟਮਾਰਟਮ ਦੇ ਲਈ 24 ਘੰਟੇ ਲਈ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ। ਪ੍ਰੈਜ਼ੀਡੈਂਟ, ਸਾਨੂੰ ਰਾਮਬਾਗ 'ਚ ਇੱਕ ਮੁਲਾਜ਼ਮ ਦਾ ਫੋਨ ਆਇਆ, ਕੋਈ ਬੰਦੇ ਦੇ ਫੋਨ ਆਏ ਲਈ ਵੀ ਇੱਕ ਲਾਸ਼ ਅੜੀ ਪਈ ਹੈ। ਜਦੋਂ ਅਸੀਂ ਆ ਕੇ ਮੌਕੇ 'ਤੇ ਸਾਰਾ ਟੀਮ ਨੇ ਸਾਰਿਆਂ ਨੇ ਵੇਖਿਆ, ਸਾਡੇ ਚੇਅਰਮੈਨ ਪ੍ਰਵੀਨ ਕਾਲਾ ਜੀ, ਬਲਜਿੰਦਰ ਵਿਰਕ ਜੀ, ਬਿੱਲਾ ਕੁੱਕੂ ਜੀ ਸਾਰੇ ਆਏ, ਤਾਂ ਸਾਨੂੰ ਲੱਗਿਆ ਦੋ ਡੈੱਡ ਬੋਡੀਆਂ। ਜਦੋਂ ਇਹ ਕੱਢੀਆਂ, ਇੱਕ ਲੇਡੀਜ਼ ਦੀ ਆ, ਇੱਕ ਜੈਂਟਸ। ਹਾਂ, ਉਮਰ ਦਾ ਕੋਈ ਪਤਾ ਲੱਗ ਸਕਦਾ ਵੀ? ਉਮਰ ਦਾ ਨਹੀਂ ਪਤਾ ਲੱਗਦਾ। ਇੱਕ ਦੇ ਬੰਦੇ ਦੇ ਵਿੱਚੋਂ ਮੋਬਾਇਲ, ਇੱਕ ਬੜੂਆ, ਇਸ ਤਰ੍ਹਾਂ ਸਮਾਨ ਮਿਲਿਆ, ਤਿੰਨ ਮੋਬਾਇਲ। ਅਤੇ ਪੁਲਿਸ ਡੈੱਡ ਬੋਡੀਆਂ ਨਹੀਂ, ਪੁਲਿਸ ਵੱਲੋਂ ਲੈ ਲਏ ਗਈਆਂ? ਇਹ ਜੀ, ਹੁਣ ਅਸੀਂ ਇੱਥੋਂ ਲਿਜਾ ਕੇ ਪੋਸਟਮਾਰਟਮ ਵੀ ਰੱਖਾਂਗੇ, ਉਸ ਤੋਂ ਬਾਅਦ ਪੁਲਿਸ 72 ਘੰਟੇ ਲਈ ਰੱਖਣਾ ਪਊਗਾ ਡੈੱਡ ਬੋਡੀ। ਉਸ ਤੋਂ ਬਾਅਦ ਜੇ ਕੋਈ ਨਾ ਸੁਣਾਸ਼ ਹੋਈ ਫਿਰ ਅਸੀਂ ਸਾਰਾ ਵੱਲੋਂ ਇਹਨਾਂ ਦਾ ਅੰਤਮ ਸੰਸਕਾਰ ਕੀਤਾ ਜੀ। ਡੈੱਡ ਬੋਡੀਆਂ ਜੀ, ਇੱਕ ਲੇਡੀਜ਼ ਆ ਅਤੇ ਇੱਕ ਜੈਂਟਸ ਆ ਜੀ। ਹਾਂ, ਆਪਣੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ? ਇਹ ਤਾਂ ਹੁਣ ਪਹਿਲਾਂ ਅਸੀਂ ਇਹਨਾਂ ਦੀ ਸ਼ਨਾਖਤ ਵਾਸਤੇ 72 ਘੰਟੇ ਰੱਖਾਂਗੇ। ਜਿਵੇਂ ਇਹ ਆਈਆਂ ਇੱਧਰੋਂ ਜੀਰਾ ਸਾਈਡ ਤੋਂ ਆਈਆਂ, ਘਾਲਕੋਟ ਦਾ ਜੀਰਾ ਤਲਵੰਡੀ ਭਾਈ ਮੁਹੂ ਤੱਕ ਅਸੀਂ ਸੰਬੰਧਿਤ ਥਾਣਿਆਂ ਦੇ ਵਿੱਚ ਅਸੀਂ ਪੜਤਾਲ ਕਰਾਂਗੇ। ਕਈ ਵਾਰ ਇਹ ਹੁੰਦਾ ਵੀ ਉਹਨਾਂ ਨੇ ਮਤਲਬ ਰੱਪ ਲਿਖਾਈ ਹੁੰਦੀ ਗੁੰਮਸ਼ੁਦਗੀ ਦੀ, ਉਹਦੇ ਤੋਂ ਸਾਨੂੰ ਪਤਾ ਚੱਲ ਜੂਗਾ ਵੀ ਇਹਦੇ ਕੌਣ ਕਿੱਥੋਂ ਦੇ ਗਏ। ਬਾਕੀ ਇਹਨਾਂ ਕੋਲ 3 ਮੋਬਾਈਲ ਮਿਲੇ ਨੇ ਅਤੇ ਇੱਕ ਪਰਸ ਆ ਜੀ, ਉਹ ਭਿੱਜੇ ਹੋਏ ਮੋਬਾਈਲ ਨੇ, ਪਰਸ ਹੀ ਭਿੱਜਿਆ ਹੋਇਆ, ਉਹਦੇ ਵਿੱਚ ਪਤਾ ਲੱਗ ਜੂ ਕੋਈ ਆਧਾਰ ਕਾਰਡ ਵਗੈਰਾ ਜਾਂ ਡਰਾਈਵਿੰਗ ਲਾਇਸੈਂਸ ਵਗੈਰਾ ਹੋਇਆ, ਉਹ 'ਚ ਪਤਾ ਲੱਗ ਜੂ ਵੀ ਕਿੱਥੋਂ ਦੇ ਹੈਗੇ ਨੇ। ਫਿਲਹਾਲ ਹੁਣ ਫਿਲਹਾਲ ਅਸੀਂ 72 ਘੰਟੇ ਲਈ ਅਸੀਂ ਮੈਡੀਕਲ ਕਾਲਜ ਦੇ ਵਿੱਚ ਮੋਰਚੇ 'ਚ ਦਿਖਾਵਾਂਗੇ ਤਿੰਨੇ ਦੋਨੋਂ ਡੈੱਡ ਬੋਡੀਆਂ ਜੀ। ਫਰੀਦਕੋਟ ਤੋਂ ਦਾ ਸਟੇਟ ਨਿਊਜ਼ ਦੇ ਲਈ ਗਗਨਦੀਪ ਸਿੰਘ ਦੀ ਰਿਪੋਰਟ।